ਹਾਂਜੀ ਦੋਸਤੋ, ਰਾਜ ਸਵਾਮੀ ਜੀ ਸਾਰਿਆਂ ਨੂੰ। ਇੱਕ ਨਿਊਜ਼ ਆ ਰਹੀ ਆ, ਇਹ ਆਲਰੇਡੀ ਟੀ ਵੀ 'ਚ ਵੀ ਆ ਚੁੱਕੀ ਆ, ਸੋਸ਼ਲ ਮੀਡੀਆ 'ਤੇ ਵੀ ਆ ਚੁੱਕੀ ਆ, ਜਿਵੇਂ ਤੁਸੀਂ ਦੇਖ ਸਕਦੇ ਹੋ। ਇਹ PTC ਨਿਊਜ਼ 'ਤੇ ਖਬਰ ਆ। ਇੱਕ ਦੋਸਤ ਨੇ ਵੀ ਮੈਨੂੰ ਭੇਜੀ ਸੀ, ਤਾਂ ਇਹ ਨਿਊਜ਼ ਆਪਣੀ ਸੰਗਤ ਵਾਸਤੇ ਹੀ ਆ ਕਿ ਹਜ਼ੂਰ ਜਸਦੀਪ ਸਿੰਘ ਜੀ ਨੂੰ Z+ ਸਿਕਿਉਰਿਟੀ ਮਿਲ ਚੁੱਕੀ ਆ CRPF ਦੀ। ਇਸ ਰਿਪੋਰਟ ਵਿੱਚ ਪੂਰੀ ਖਬਰ ਦੱਸੀ ਗਈ ਆ, ਆਓ ਸੁਣਦੇ ਹਾਂ। ਅਤੇ ਅੱਜ ਇੱਕ ਵਲੌਗ ਆ ਚੁੱਕਿਆ ਆਪਣਾ, ਜਿੱਥੇ ਕੁਛ ਦਿਨ ਪਹਿਲਾਂ ਬਾਬਾ ਜੀ ਆਏ ਸੀ। ਜਿਨ੍ਹਾਂ ਨੇ ਨਹੀਂ ਦੇਖਿਆ ਅਜੇ ਤੱਕ, ਉਹ ਜ਼ਰੂਰ ਦੇਖਿਓ, ਬਹੁਤ ਵਧੀਆ ਲੋਕੇਸ਼ਨ ਆ। ਡੇਰਾ ਬਿਆਸ ਦੇ ਉੱਤਰਾਧਿਕਾਰੀ ਨੂੰ VIP ਸੁਰੱਖਿਆ ਮਿਲੀ ਹੈ। ਜੀ ਹਾਂ, Z+ ਸੁਰੱਖਿਆ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ। CRPF ਕਮਾਂਡੋ ਕਰਨਗੇ ਡੇਰਾ ਬਿਆਸ ਦੇ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ। 2 ਸਤੰਬਰ ਨੂੰ ਐਲਾਨਿਆ ਗਿਆ ਸੀ ਗੁਰਿੰਦਰ ਸਿੰਘ ਢਿੱਲੋਂ ਦਾ ਵਾਰਸ, ਜਿਸ ਤੋਂ ਬਾਅਦ ਉਹਨਾਂ ਨੂੰ Z+ ਸੁਰੱਖਿਆ ਦੇ ਦਿੱਤੀ ਗਈ ਹੈ। CRPF ਦੇ ਕਮਾਂਡੋ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ ਕਰਨਗੇ। 2 ਸਤੰਬਰ ਨੂੰ ਗੁਰਿੰਦਰ ਸਿੰਘ ਢਿੱਲੋਂ ਦਾ ਵਾਰਸ ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਸਖ਼ਤ ਸੁਰੱਖਿਆ ਘੇਰਾ ਵੀ ਮੁਹੱਈਆ ਕਰਵਾ ਦਿੱਤਾ ਗਿਆ ਹੈ। ਤਾਂ VIP ਸਿਕਿਉਰਿਟੀ ਦਿੱਤੀ ਗਈ ਹੈ। Z+ ਸੁਰੱਖਿਆ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ, ਜਿਨ੍ਹਾਂ ਨੂੰ Z+ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। CRPF ਕਮਾਂਡੋ ਕਰਨਗੇ ਡੇਰਾ ਬਿਆਸ ਦੇ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ। 2 ਸਤੰਬਰ ਨੂੰ ਗੁਰਿੰਦਰ ਸਿੰਘ ਢਿੱਲੋਂ ਦਾ ਵਾਰਸ ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ VIP ਸਿਕਿਉਰਿਟੀ ਦਿੱਤੀ ਗਈ ਹੈ, ਤਾਂ ਸਖ਼ਤ ਸੁਰੱਖਿਆ ਘੇਰੇ ਦੇ ਵਿੱਚ ਰਹਿਣਗੇ। ਤਾਂ ਮੇਰੇ ਸਹਿਯੋਗੀ ਰਾਕੇਸ਼ ਬਾਬਾ ਬਕਾਲਾ ਤੋਂ ਜੁੜੇ ਨੇ। ਤਾਂ ਰਾਕੇਸ਼, ਸਖ਼ਤ ਸੁਰੱਖਿਆ ਘੇਰੇ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ, ਹੋਰ ਕੀ ਜਾਣਕਾਰੀ ਹੈ? ਕਦੋਂ ਤੋਂ ਸੁਰੱਖਿਆ ਦੇ ਵਿੱਚ ਤੈਨਾਤ ਹੋਣਗੇ CRPF ਦੇ ਕਮਾਂਡੋ? ਜੀ ਅਮਨ ਜੀ, ਦੇਖੋ 2 ਸਤੰਬਰ 2024 ਨੂੰ ਡੇਰਾ ਬਿਆਸ ਦੇ ਜਿਹੜੇ ਮੌਜੂਦਾ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ, ਉਹਨਾਂ ਵੱਲੋਂ ਆਪਣੇ ਜਸਦੀਪ ਸਿੰਘ ਗਿੱਲ ਜੀ ਨੂੰ ਆਪਣਾ ਉੱਤਰਾਧਿਕਾਰੀ ਜਿਹੜਾ ਉਹ ਥਾਪਿਆ ਗਿਆ ਸੀ, ਔਰ ਉਹਨਾਂ ਜਿਵੇਂ ਡਿਊਟੀ ਲਾਈ ਗਈ ਸੀ ਕਿ ਉਹ ਸਾਰੇ ਅੰਦਰਲੇ ਔਰ ਬਾਹਰਲੇ ਕੰਮਾਂ ਦੀ ਦੇਖ ਰੇਖ ਕਰਨਗੇ। ਲੇਕਿਨ ਇਸਦੇ ਚੱਲਦਿਆਂ ਹੀ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੇ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਹਨਾਂ ਨੂੰ Z+ ਜਿਹੜੀ ਸ਼੍ਰੇਣੀ ਦੀ ਹੈਗੀ ਹੈ ਸੁਰੱਖਿਆ, ਉਹ ਪ੍ਰੋਵਾਈਡ ਕਰਵਾਈ ਗਈ ਆ। ਔਰ ਜਦ ਵੀ ਜਸਦੀਪ ਸਿੰਘ ਜੀ ਗਿੱਲ ਆਪਣੇ ਬਾਹਰੀ ਦੌਰੇ 'ਤੇ ਜਾਣਗੇ ਜਾਂ ਦੂਸਰੇ ਸੂਬਿਆਂ ਜਾਣਗੇ, ਔਰ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਆਪੋ ਆਪਣੇ ਪ੍ਰੋਟੋਕੋਲ ਤਹਿਤ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਾਉਣਗੀਆਂ। ਕਿ ਹੁਣ ਫਿਲਹਾਲ ਡੇਰਾ ਬਿਆਸ ਦੇ ਵਿੱਚ ਹੀ ਰਹਿੰਦੇ ਨੇ ਜਸਦੀਪ ਸਿੰਘ ਗਿੱਲ? ਨਹੀਂ ਜੀ, ਇਸ ਵੇਲੇ ਜੀ ਉਹ ਬਾਹਰ ਗਏ ਨੇ, ਲੇਕਿਨ ਅੱਜ ਸ਼ਾਮ ਤੱਕ ਉਹ ਦਿੱਲੀ ਪਹੁੰਚ ਰਹੇ ਨੇ, ਔਰ ਪਹਿਲੇ ਮਹਾਰਾਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੀ ਉੱਥੇ ਨੇ ਔਰ ਵੱਖ ਵੱਖ ਦੌਰਿਆਂ 'ਤੇ ਗਏ ਹੋਏ ਸੀ, ਲੇਕਿਨ ਅੱਜ ਸ਼ਾਮ ਨੂੰ ਦਿੱਲੀ ਵਿਖੇ ਇਕੱਤਰ ਹੋ ਰਹੇ ਨੇ ਉੱਥੇ ਜੀ। ਕਦੋਂ ਤੱਕ ਸੁਰੱਖਿਆ ਜਿਹੜੀ ਹੈ ਉਹ Z+ ਸੁਰੱਖਿਆ ਜਿਹੜੀ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਜਾਏਗੀ? ਦੇਖੋ ਜੀ, ਇਹ ਤਾਂ ਸਦਾ ਸਮੇਂ ਲਈ, ਕਿਉਂਕਿ ਪਹਿਲੇ ਮੁਖੀ ਜਿਹੜੇ ਬਾਬਾ ਗੁਰਿੰਦਰ ਸਿੰਘ ਜੀ, ਉਹਨਾਂ ਦੇ ਕੋਲ ਵੀ ਜਿਹੜੀ ਹੈ Z+ ਸੁਰੱਖਿਆ ਹੈਗੀ ਆ, ਉਸੇ ਆਧਾਰ 'ਤੇ ਜਿਹੜੇ ਆ ਉਸੇ ਪ੍ਰੋਟੋਕੋਲ ਤਹਿਤ ਇਹਨਾਂ ਨੂੰ ਸੁਰੱਖਿਆ ਜਿਹੜੀ ਆ ਇਹ ਸਮਝਿਆ ਜਾ ਰਿਹਾ ਕਿ ਸਦਾ ਵਾਸਤੇ ਇਹਨਾਂ ਨੂੰ ਜਿਹੜੀ ਸੁਰੱਖਿਆ ਵਾ ਉਹ ਮੁਹੱਈਆ ਕਰਵਾਈ ਗਈ। ਕਿ ਜਸਦੀਪ ਸਿੰਘ ਗਿੱਲ ਦੇ ਕੋਲ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸੁਰੱਖਿਆ ਸੀ ਕੋਈ? ਜਿਹੀ ਕੋਈ ਸੁਰੱਖਿਆ ਨਹੀਂ ਸੀ, ਜਦੋਂ ਉਹਨਾਂ ਦੇ ਉੱਤਰਾਧਿਕਾਰੀ ਵਜੋਂ ਨਿਯੁਕਤ ਹੋਏ ਨੇ, ਉਸ ਤੋਂ ਬਾਅਦ ਡੇਰੇ ਦੀ ਸੁਰੱਖਿਆ ਜੋ ਕਿ ਪਹਿਲੇ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਕੋਲ ਸੀ, ਉਹਨਾਂ ਦੀ ਸੁਰੱਖਿਆ ਦੇ ਘੇਰੇ ਵਿੱਚ ਹੀ ਤਕਰੀਬਨ ਕਦੇ ਬਾਹਰ ਆਉਂਦੇ ਜਾਂਦੇ ਸੀ, ਲੇਕਿਨ ਹੁਣ ਇਹਨਾਂ ਨੂੰ ਇੰਡੀਪੈਂਡੈਂਟ ਦੀ ਜਿਹੜੀ ਸੁਰੱਖਿਆ ਮੁਹੱਈਆ ਕਰਵਾਈ ਗਈ। ਗੁਰਿੰਦਰ ਸਿੰਘ ਢਿੱਲੋਂ ਦੇ ਕੋਲ ਵੀ ਪਹਿਲਾਂ ਸੁਰੱਖਿਆ ਸੀ, ਕਿ ਹੁਣ ਵੀ ਉਹਨਾਂ ਦੇ ਕੋਲ ਸੁਰੱਖਿਆ ਉਸੇ ਤਰੀਕੇ ਦੇ ਨਾਲ ਬਰਕਰਾਰ ਰਹੇਗੀ? ਹਾਂਜੀ, ਅੱਜ ਵੀ ਉਹਨਾਂ ਦੇ ਕੋਲ Z+ ਸੁਰੱਖਿਆ ਹੀ ਹੈ,
ਤੇ ਉਹ ਉਨੀ ਹੀ ਸੁਰੱਖਿਆ ਜਿਹੜੀ ਆ ਇਹਨਾਂ ਨੂੰ ਹਜ਼ੂਰ ਜਸਦੀਪ ਸਿੰਘ ਗਿੱਲ ਜੀ ਨੂੰ ਜਿਹੜੀ ਪ੍ਰੋਵਾਈਡ ਕਰਵਾਈ ਗਈ ਜੀ। ਪਰ ਜਿਸ ਤਰੀਕੇ ਦੇ ਨਾਲ ਰਾਕੇਸ਼ ਹੁਣ ਤੱਕ, ਕਿਉਂਕਿ ਤੁਸੀਂ ਦੇਖਿਆ ਕਿ ਜਸਦੀਪ ਸਿੰਘ ਗਿੱਲ ਜੋ ਡੇਰੇ ਦੇ ਅੱਗੇ ਅਗਲੇ ਗੱਦੀ ਨਸ਼ੀਨ ਐਲਾਨੇ ਗਏ ਨੇ, ਉੱਤਰਾਧਿਕਾਰੀ ਐਲਾਨੇ ਗਏ ਨੇ, ਪਰ ਖਾਸ ਤੌਰ ਦੇ ਉੱਤੇ ਡੇਰੇ ਦੇ ਵਿੱਚ ਵੀ ਸੁਰੱਖਿਆ ਜਿਹੜੀ ਹੈ ਉਹ ਤੈਨਾਤ ਹੁੰਦੀ ਹੈ, ਪਰ ਜਦੋਂ ਹੁਣ ਦੇਸ਼ ਦੇ ਵੱਖ ਵੱਖ ਰਾਜਾਂ ਦੇ ਵਿੱਚ ਉਹਨਾਂ ਦੇ ਜਿਹੜੇ ਸਮਾਗਮ ਹੋਇਆ ਕਰਨਗੇ, ਜਸਦੀਪ ਸਿੰਘ ਗਿੱਲ ਉੱਥੇ ਜਾਣਗੇ, ਤਾਂ ਸੁਰੱਖਿਆ ਦਾ ਘੇਰਾ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਰਹਿੰਦਾ ਸੀ ਉਹ ਜਸਦੀਪ ਸਿੰਘ ਗਿੱਲ ਦੇ ਨਾਲ ਮੌਜੂਦ ਰਹੇਗਾ। ਹਾਂਜੀ ਬਿਲਕੁਲ ਬਿਲਕੁਲ ਅਮਨ ਜੀ, ਜਿਸ ਤਰ੍ਹਾਂ ਸੁਰੱਖਿਆ ਉਹਨਾਂ ਨੂੰ ਪ੍ਰਦਾਨ ਕਰਵਾਈ ਗਈ ਹੈ ਉਸੇ ਤਰ੍ਹਾਂ ਹੀ ਇਹ ਗ੍ਰਹਿ ਵਿਭਾਗ ਨੇ ਫੈਸਲਾ ਕੀਤਾ ਗਿਆ ਕਿ ਸੇਮ ਪ੍ਰੋਟੋਕੋਲ ਤਹਿਤ ਨਵੇਂ ਜਿਹੜੇ ਉੱਤਰਾਧਿਕਾਰੀ ਨੇ ਹਜ਼ੂਰ ਜਸਦੀਪ ਸਿੰਘ ਗਿੱਲ ਜੀ ਇਹਨਾਂ ਨੂੰ ਸੁਰੱਖਿਆ ਉਸ ਤਰ੍ਹਾਂ ਹੀ ਮੁਹੱਈਆ ਕਰਵਾਈ ਜਾਵੇਗੀ, ਕਿਉਂਕਿ ਇਹਨਾਂ ਵੱਲੋਂ ਵੀ ਹੋ ਸਕਦਾ ਕਿ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਵੱਲੋਂ ਅਲਹਿਦਾ ਤੌਰ 'ਤੇ ਕਦੇ ਸਤਸੰਗ ਫਰਮਾਇਆ ਜਾ ਸਕੇ ਜਾਂ ਇਹ ਅਲਹਿਦਾ ਤੌਰ 'ਤੇ ਕਦੇ ਇਹਨਾਂ ਦਾ ਕੋਈ ਡਿਊਟੀ ਲੱਗ ਜਾਂਦੀ ਆ, ਤਾਂ ਉਸ ਵੇਲੇ ਯਕੀਨਨ ਹੈ ਕਿ ਇਸ ਗੱਲ ਨੂੰ ਕਿ ਉਹਨਾਂ ਨੂੰ ਸੁਰੱਖਿਆ ਜਿਹੜੀ ਆ ਪ੍ਰਦਾਨ ਕਰਵਾਈ ਜਾਣੀ ਬਹੁਤ ਅਤਿ ਜ਼ਰੂਰੀ ਸਮਝੀ ਜਾਂਦੀ ਹੈ। ਜਸਦੀਪ ਸਿੰਘ ਗਿੱਲ ਗੁਰਿੰਦਰ ਸਿੰਘ ਢਿੱਲੋਂ ਦੀ ਮੌਜੂਦਗੀ ਦੇ ਵਿੱਚ ਹੀ ਸਤਸੰਗ ਕਰਦੇ ਨੇ ਰਾਕੇਸ਼? ਨਹੀਂ ਜੀ ਨਹੀਂ, ਅਜੇ ਤੱਕ ਨਹੀਂ, ਕਿਉਂਕਿ ਅਜੇ ਤੱਕ ਜਦੋਂ ਇਹਨਾਂ ਨੇ ਇਹਨਾਂ ਨੂੰ ਉੱਤਰਾਧਿਕਾਰੀ ਆਪਣਾ ਸਥਾਪਿਤ ਕੀਤਾ ਸੀਗਾ ਤੇ ਹਜ਼ੂਰ ਨੇ ਆਪਣੇ ਉਹਦੇ ਵਿੱਚ ਜਿਹੜਾ ਹੁਕਮਨਾਮਾ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਐਲਾਨ ਜਿਹੜਾ ਕੀਤਾ ਸੀ ਉਹ 'ਚ ਲਿਖਿਆ ਸੀ ਕਿ ਦਸੰਬਰ ਤੱਕ ਬਾਬਾ ਗੁਰਿੰਦਰ ਸਿੰਘ ਜੀ ਆਪ ਖੁਦ ਸਤਸੰਗ ਕਰਨਗੇ, ਲੇਕਿਨ ਉਸ ਤੋਂ ਬਾਅਦ ਆਸਤਾ ਆਸਤਾ ਇਹ ਵੀ ਸਤਸੰਗ ਕਰਨਗੇ ਔਰ ਸੰਗਤਾਂ ਨੂੰ ਨਾਮਦਾਨ ਦੀ ਬਖਸ਼ਿਸ਼ ਵੀ। ਫਿਲਹਾਲ ਜਸਦੀਪ ਸਿੰਘ ਗਿੱਲ ਇਕੱਲਿਆਂ ਸਤਸੰਗ ਨਹੀਂ ਕਰਦੇ ਰਾਕੇਸ਼? ਨਹੀਂ ਜੀ, ਅਜੇ ਤੱਕ ਜੀ ਉਹਨਾਂ ਨੇ ਜਦੋਂ ਆਪਣੇ ਬਾਬਾ ਗੁਰਿੰਦਰ ਸਿੰਘ ਜੀ ਸਤਸੰਗ ਫਰਮਾਉਂਦੇ ਨੇ ਤਾਂ ਹਜ਼ੂਰ ਉਹਨਾਂ ਦੇ ਬਰਾਬਰ ਗੱਦੀ ਦੇ ਬੈਠਦੇ ਨੇ, ਫਿਰ ਉਹ ਸੰਗਤ ਦੇ ਦਰਸ਼ਨ ਕਰਦੇ ਨੇ ਔਰ ਸੰਗਤ ਦੇ ਦਰਸ਼ਨ ਦਿੰਦੇ ਨੇ, ਲੇਕਿਨ ਸਤਸੰਗ ਅਜੇ ਤੱਕ ਉਹਨਾਂ ਵੱਲੋਂ ਕੋਈ ਫਰਮਾਇਆ ਨਹੀਂ ਜਾ ਰਿਹਾ। ਪਰ ਜਦੋਂ ਹੁਣ ਸੁਰੱਖਿਆ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਰਾਕੇਸ਼, ਜਦੋਂ ਵੱਖੋ ਵੱਖ ਤਰੀਕੇ ਦੇ ਨਾਲ ਸਮਾਗਮ ਜਿਹੜੇ ਨੇ ਉਹ ਡੇਰੇ ਦੇ ਹੋਇਆ ਕਰਨਗੇ, ਕਿਉਂਕਿ ਦੇਸ਼ ਵਿਦੇਸ਼ ਦੇ ਵਿੱਚ ਸਮਾਗਮ ਹੋਣਗੇ, ਖਾਸ ਤੌਰ ਦੇ ਉੱਤੇ ਜਸਦੀਪ ਸਿੰਘ ਗਿੱਲ ਜੋ ਉੱਤਰਾਧਿਕਾਰੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਡੇਰੇ ਦਾ ਪੂਰਾ ਕਾਰਜਭਾਰ ਜਿੰਨੀਆਂ ਜ਼ਿੰਮੇਵਾਰੀਆਂ ਨੇ ਉਹ ਉਹਨਾਂ ਨੂੰ ਸਪੁਰਦ ਕਰ ਦਿੱਤੀਆਂ ਜਾਣਗੀਆਂ ਜ਼ਾਹਰ ਤੌਰ ਦੇ ਉੱਤੇ, ਤਾਂ ਫਿਲਹਾਲ ਕਿਉਂਕਿ ਸੰਗਤ ਜਦੋਂ ਆਉਂਦੀ ਹੈ ਨਤਮਸਤਕ ਹੋਣ ਦੇ ਲਈ ਜਾਂ ਸਤਸੰਗ ਸੁਣਨ ਦੇ ਲਈ, ਕਿ ਗੁਰਿੰਦਰ ਸਿੰਘ ਢਿੱਲੋਂ ਅਤੇ ਜਸਦੀਪ ਸਿੰਘ ਗਿੱਲ ਮੌਜੂਦ ਹੁੰਦੇ ਨੇ ਦੋਵੇਂ ਇੱਕੋ ਵੇਲੇ? ਹਾਂ ਦੇਖੋ ਜੀ, ਇਹ ਸਾਲ ਦੇ ਵਿੱਚ ਇਹਨਾਂ ਦੇ ਵੱਖ ਵੱਖ ਸਮੇਂ ਮੁਤਾਬਕ ਇਹ ਭੰਡਾਰੇ ਜਿਹੜੇ ਨੇ ਹੁੰਦੇ ਨੇ, ਜਿੱਥੇ ਬਹੁਤ ਸਾਰੇ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਜਿਹੜੀ ਆ ਬੜੀ ਸ਼ਰਧਾ ਦੇ ਪਿਆਰ ਦੇ ਨਾਲ ਇੱਥੇ ਡੇਰਾ ਬਿਆਸ ਪੁੱਜਦੀ ਆ। ਉਸ ਸਮੇਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਸਾਹਿਬ ਅਤੇ ਜਿਹੜੇ ਮੌਜੂਦਾ ਹਜ਼ੂਰ ਨੇ ਜਦੋਂ ਦੇ ਉੱਤਰਾਧਿਕਾਰੀ ਬਣੇ, ਤਕਰੀਬਨ ਭੰਡਾਰੇ ਦਿਨਾਂ ਵਿੱਚ ਡੇਰੇ ਦੇ ਵਿੱਚ ਹੀ ਰਹਿੰਦੇ ਨੇ, ਉਦੋਂ ਹੀ ਸੰਗਤ ਨੂੰ ਦਰਸ਼ਨ ਦਿੰਦੇ ਨੇ ਔਰ ਸਾਂਝੇ ਤੌਰ 'ਤੇ ਹੀ ਸਤਸੰਗ ਜਿਹੜੇ ਨੇ ਸਤਸੰਗ ਵਿੱਚ ਵੀ ਬੈਠਦੇ ਨੇ ਜੀ। ਰਾਕੇਸ਼ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ। ਤਾਂ ਜੈੱਡ ਪਲੱਸ ਸੁਰੱਖਿਆ ਦੇ ਵਿੱਚ ਰਹਿਣਗੇ ਜਸਦੀਪ ਸਿੰਘ ਗਿੱਲ, ਜਿਨ੍ਹਾਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਇਹ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। CRPF ਕਮਾਂਡੋ ਡੇਰਾ ਬਿਆਸ ਦੇ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਦੀ ਸੁਰੱਖਿਆ ਦੇ ਵਿੱਚ ਤੈਨਾਤ ਹੋਣਗੇ। ਨਹੀਂ ਜੀ, ਇਸ ਵੇਲੇ ਜੀ ਉਹ ਬਾਹਰ ਗਏ ਨੇ, ਲੇਕਿਨ ਅੱਜ ਸ਼ਾਮ ਤੱਕ ਉਹ ਦਿੱਲੀ ਪਹੁੰਚ ਰਹੇ ਨੇ ਔਰ ਪਹਿਲੇ ਮਹਾਰਾਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਵੀ ਉੱਥੇ ਨੇ ਔਰ ਵੱਖ ਵੱਖ ਦੌਰਾਂ 'ਚ ਗਏ ਹੋਏ ਸੀ, ਲੇਕਿਨ ਅੱਜ ਸ਼ਾਮ ਨੂੰ ਦਿੱਲੀ ਵਿਖੇ ਇਕੱਤਰ ਹੋ ਰਹੇ ਨੇ ਉੱਥੇ ਜੀ। ਕਦੋਂ ਤੱਕ ਸੁਰੱਖਿਆ ਜਿਹੜੀ ਹੈ ਉਹ ਜੈੱਡ ਪਲੱਸ ਸੁਰੱਖਿਆ ਜਿਹੜੀ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਜਾਏਗੀ?
ਦੇਖੋ ਜੀ ਇਹ ਤਾਂ ਸਦਾ ਸਮੇਂ ਲਈ, ਕਿਉਂਕਿ ਪਹਿਲੇ ਮੁਖੀ ਜਿਹੜੇ ਬਾਬਾ ਗੁਰਿੰਦਰ ਸਿੰਘ ਜੀ, ਉਹਨਾਂ ਦੇ ਕੋਲ ਵੀ ਜਿਹੜੀ ਆ ਜੈੱਡ ਪਲੱਸ ਸੁਰੱਖਿਆ ਹੈਗੀ ਆ, ਉਸੇ ਆਧਾਰ 'ਤੇ ਜਿਹੜੇ ਆ ਉਸੇ ਪ੍ਰੋਟੋਕੋਲ ਤਹਿਤ ਇਹਨਾਂ ਨੂੰ ਸੁਰੱਖਿਆ ਜਿਹੜੀ ਆ ਇਹ ਸਮਝਿਆ ਜਾ ਰਿਹਾ ਕਿ ਸਦਾ ਵਾਸਤੇ ਇਹਨਾਂ ਨੂੰ ਜਿਹੜੀ ਸੁਰੱਖਿਆ ਵਾ ਮੁਹੱਈਆ ਕਰਵਾਈ ਗਈ। ਕਿ ਜਸਦੀਪ ਸਿੰਘ ਗਿੱਲ ਦੇ ਕੋਲ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸੁਰੱਖਿਆ ਸੀ ਕੋਈ? ਜਿਹੀ ਕੋਈ ਸੁਰੱਖਿਆ ਨਹੀਂ ਸੀ, ਜਦੋਂ ਉਹਨਾਂ ਦੇ ਉੱਤਰਾਧਿਕਾਰੀ ਵਜੋਂ ਨਿਯੁਕਤ ਹੋਏ ਨੇ, ਉਸ ਤੋਂ ਬਾਅਦ ਡੇਰੀ ਦੀ ਸੁਰੱਖਿਆ ਜੋ ਕਿ ਪਹਿਲੇ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਕੋਲ ਸੀ, ਉਹਨਾਂ ਦੀ ਸੁਰੱਖਿਆ ਦੇ ਘੇਰੇ ਵਿੱਚ ਹੀ ਤਕਰੀਬਨ ਕਦੇ ਬਾਹਰ ਆਉਂਦੇ ਜਾਂਦੇ ਸੀ, ਲੇਕਿਨ ਹੁਣ ਇਹਨਾਂ ਨੂੰ ਇੰਡੀਪੈਂਡੈਂਟ ਦੀ ਜਿਹੜੀ ਸੁਰੱਖਿਆ ਮੁਹੱਈਆ ਕਰਵਾਈ ਗਈ। ਗੁਰਿੰਦਰ ਸਿੰਘ ਢਿੱਲੋਂ ਦੇ ਕੋਲ ਵੀ ਪਹਿਲਾਂ ਸੁਰੱਖਿਆ ਸੀ ਕਿ ਹੁਣ ਵੀ ਉਹਨਾਂ ਦੇ ਕੋਲ?